ਹਾਂਜੀ, ਸਤਿ ਸ਼੍ਰੀ ਜੀ ਸਾਰਿਆਂ ਨੂੰ, ਤੇ ਲਓ ਵੀ ਮੁੰਡਿਓ, ਸਵਾਗਤ ਹੈ ਅੱਜ ਦੇ ਆਪਣੇ ਇੱਕ ਨਵੇਂ ਵਲੌਗ ਦੇ ਵਿੱਚ। ਤੇ ਵਾਪਸ ਆ ਗਏ ਆਪਾਂ ਲਗਭਗ ਇੱਕ ਦਿਨ ਬਾਅਦ, ਵੈਸੇ ਤਾਂ ਕਿਉਂਕਿ ਲਾਸਟ ਵਲੌਗ ਮੈਂ ਕੱਲ੍ਹ ਹੀ ਅਜੇ ਅਪਲੋਡ ਕੀਤਾ, ਅਤੇ ਉਸ ਤੋਂ ਪਹਿਲਾਂ ਵਿੱਚ 3 ਦਿਨਾਂ ਦਾ ਗੈਪ ਪੈ ਗਿਆ ਸੀ, ਸ਼ਾਇਦ 2 ਦਿਨਾਂ ਦਾ ਗੈਪ ਪੈ ਗਿਆ ਸੀਗਾ। ਅਤੇ ਹੁਣ ਇਸ ਤੋਂ ਬਾਅਦ ਅੱਗੇ ਉਮੀਦ ਹੈ ਕਿ ਕੰਟੀਨਿਊ ਵਲੌਗ ਆਉਣਗੇ ਡੇਲੀ ਦੇ, ਅਤੇ ਛੇਤੀ ਛੇਤੀ ਦੇਖ ਲੈਂਦੇ ਹਾਂ ਕੀ ਕੁਛ ਕੀਤਾ, ਕੀ ਕੁਛ ਕਰਨ ਵਾਲਾ, ਅਤੇ ਅੱਗੇ ਦਾ ਕੀ ਪਲੈਨ ਹੈ। ਅਤੇ ਆਹ ਦੇਖੋ ਇੱਥੇ ਮੌਕੇ 'ਤੇ ਸਿਚੁਏਸ਼ਨ ਕਿੱਦਾਂ ਦੀ ਹੈ। ਜੌਂਡੀਅਰ ਦੇ ਕੰਮ ਚੱਲਣ ਦਿਆ, ਲਾਸਟ ਵਲੌਗ 'ਚ ਮੈਂ ਵਿਖਾਇਆ ਸੀਗਾ ਜੌਂਡੀਅਰ ਨੂੰ ਪੇਂਟ ਕੀਤਾ, ਉਹ ਦੇਖੋ ਅੱਧੀ ਬੋਡੀ ਉੱਥੇ ਪਈ ਹੈ, ਅੱਧੀ ਬੋਡੀ ਉੱਥੇ ਆ। ਕੰਪਲੀਟ ਪੇਂਟ ਹੋਇਆ ਨਹੀਂ ਹਜੇ, ਇਹਦੇ ਰਿਮ ਰਹਿੰਦੇ ਨੇ, ਇਹਨਾਂ ਨੂੰ ਯੈਲੋ ਪੇਂਟ ਹਜੇ ਕਰਨਾ ਹੈ, ਠੀਕ ਹੈ। ਅਤੇ ਉਸ ਤੋਂ ਇਲਾਵਾ ਆਪਣਾ ਸਵਰਾਜ ਰੇਹੜੀ ਹੈ, ਇਹਨੂੰ ਭੇਜਣਾ ਹੈ, ਅਤੇ ਇਹਨੂੰ ਸ਼ਾਇਦ ਆਪਾਂ ਸਵੇਰੇ ਕੁਰੀਅਰ ਕਰਾਂਗੇ। ਅੱਜ ਇਹਦੇ ਨਾਲ ਵੀਡੀਓ ਸ਼ੂਟ ਕਰਨੀ ਹੈ ਬਾਹਰ ਵਾਲੇ ਸੈਟਅਪ 'ਚ, ਠੀਕ ਹੈ। ਅਤੇ ਉਸ ਦੇ ਨਾਲ ਹੋਰ ਜਿਹੜੇ ਵੀ ਟਰੈਕਟਰ ਨੇ, ਜਿਵੇਂ ਆਹ ਜਿਹੜਾ ਨਿਊ ਹੋਲੈਂਡ ਹੈ, ਇਹਦੇ ਸਟਿੱਕਰ ਰਹਿ ਗਏ ਲਾਉਣ ਵਾਲੇ, ਇਹ ਲਾ ਕੇ ਇਹਨੂੰ ਵੀ ਕੁਰੀਅਰ ਕਰਨਾ ਹੈ। ਇਹਦਾ ਬੰਪਰ ਰਹਿੰਦਾ ਸੱਚ ਪ੍ਰਿੰਟ ਕਰਨ ਵਾਲਾ, ਬੰਪਰ ਵੀ ਮੈਂ ਹੁਣੇ ਕੋਈ ਪ੍ਰਿੰਟ ਕਰਨ ਲਾਉਂਦਾ ਵਾਂ। ਅਤੇ ਉਸ ਤੋਂ ਬਾਅਦ ਆਪਾਂ ਕੰਮ ਸ਼ੁਰੂ ਕਰਦੇ ਹਾਂ ਇਸ ਜੌਂਡੀਅਰ 'ਤੇ, ਠੀਕ ਹੈ। ਉਸ ਤੋਂ ਇਲਾਵਾ ਆਪਣਾ ਨਾਟ ਗਿਆਰਾਂ, ਇਹਨੂੰ ਰੇਡੀ ਕਰੀਏ, ਅਤੇ ਆਪਣੇ ਦੋਵੇਂ ਅਰਜਨ ਜਿਹੜੇ ਆ ਉਹ ਵੀ ਖੜ੍ਹੇ ਨੇ ਇੱਦਾਂ ਹੀ ਖਰਾਬ, ਉਹਨਾਂ ਨੂੰ ਵੀ ਠੀਕ ਕਰਨਾ। ਯਾਨੀ ਕਿ ਹੁਣ ਆਪਣੇ ਜਿਹੜੇ ਟਰੈਕਟਰ ਨੇ ਉਹ ਵੀ ਰੇਡੀ ਕਰਨੇ ਨੇ, ਪਲੱਸ ਜਿਹੜੇ ਸੇਲ ਵਾਲੇ ਉਹ 'ਤੇ ਚੱਲਣ ਹੀ ਦਿਆ ਕੰਮ, ਠੀਕ ਹੈ। ਬਾਹਰ ਵਾਲੇ ਸੈਟਅਪ 'ਤੇ ਥੋੜ੍ਹਾ ਜ਼ਿਆਦਾ ਫੋਕਸ ਕਰਾਂਗੇ। ਮੈਨੂੰ ਇਹ ਟਰੈਕਟਰ ਰੇਡੀ ਹੋ ਜਾਣ, ਅਰਜਨ ਦੋਵੇਂ, ਠੀਕ ਹੈ, ਨਾਟ ਗਿਆਰਾਂ ਤਿਆਰ ਹੋ ਜੇ, ਹੋਲੈਂਡ ਰੇਡੀ, ਲਗਭਗ ਸਟਿੱਕਰ ਵਗੈਰਾ ਰਹਿ ਗਏ ਨੇ, ਅਤੇ ਹੋਰ ਕਿਹੜਾ ਟਰੈਕਟਰ ਆਪਣੇ ਕਲੈਕਸ਼ਨ 'ਚ ਜੌਂਡੀਅਰ ਹੋ ਗਿਆ ਜਿਵੇਂ, ਹੋਰ ਇਹ ਸਾਰੇ ਤਿਆਰ ਹੋ ਜਾਣ, ਫਿਰ ਅੱਗੇ ਨਾਲ ਟੋਚਣ ਵਾਲੀਆਂ ਵੀਡੀਓ ਵੀ ਸ਼ੂਟ ਕਰਦੇ ਹਾਂ ਛੇਤੀ ਹੋਈ, ਠੀਕ ਹੈ। ਫਿਲਹਾਲ ਮੌਕੇ 'ਤੇ ਜਿਹੜਾ ਕੰਮ ਚੱਲ ਰਿਹਾ ਉਹ ਤੁਹਾਨੂੰ ਮੈਂ ਵਿਖਾ ਦਿੰਦਾ ਵਾਂ। ਇੱਥੇ ਮੈਂ ਪ੍ਰਿੰਟ ਕਰਨ ਨਾਲ ਆਇਆ ਹੋਇਆ ਜੌਂਡੀਅਰ ਟਰੈਕਟਰ ਦਾ ਬੰਪਰ, ਠੀਕ ਹੈ। ਆਹ ਦੇਖੋ ਮੁੰਡਿਓ, ਜੌਂਡੀਅਰ ਦਾ ਬੰਪਰ ਪ੍ਰਿੰਟ ਹੋਣ ਦਿਆ ਗੇ। ਆਹਣਾ ਬੰਪਰ ਬਹੁਤ ਛੋਟਾ ਸੀਗਾ ਟਰੈਕਟਰ ਵਾਸਤੇ, ਇਹਦੇ 'ਚ ਨਾ ਤਾਂ ਵੇਟ ਪੈਂਦਾ ਸੀਗਾ, ਅਤੇ ਵੈਸੇ ਵੀ ਆਪਾਂ ਆਪਣੇ ਸਾਰੇ ਟਰੈਕਟਰਾਂ ਦੇ ਬੰਪਰ ਤਾਂ ਵੱਡੇ ਕਰ ਨਹੀਂ ਰਹੇ ਹਾਂ, ਜਿੱਦਾਂ ਕਿ ਆਪਣਾ ਸਵਰਾਜ ਜਿਹੜਾ, ਇਹਦਾ ਵੀ ਬੰਪਰ ਆਪਾਂ ਵੱਡਾ ਕਰਤਾ, ਫਿਕਸ ਅਜੇ ਕਰਨਾ ਹੈ। ਅਤੇ ਮੈਂ ਸੋਚਣ ਦਿਆਂ ਕਿ ਇਹਦੀ ਇੱਕ ਵੀਡੀਓ ਸ਼ੂਟ ਵੀ ਕਰ ਹੀ ਲਈਏ, ਲੱਗਦੇ ਹੱਥ, ਹੁਣ ਕੰਮ ਤਾਂ ਕਰ ਨਹੀਂ ਦਿਆਂ, ਇਹਨੂੰ ਅਪਗ੍ਰੇਡ ਕਰਦਿਆਂ ਦੀ ਪ੍ਰੋਪਰ ਇੱਕ ਵੀਡੀਓ ਸ਼ੂਟ ਕਰ ਲੈਂਦੇ ਹਾਂ, ਸ਼ੋਰਟ ਵੀਡੀਓ, ਠੀਕ ਹੈ, ਵੀਡੀਓ ਦੀ ਵੀਡੀਓ, ਅਪਗ੍ਰੇਡ ਦਾ ਅਪਗ੍ਰੇਡ। ਬਾਕੀ ਜੌਂਡੀਅਰ ਵਾਸਤੇ ਆਪਾਂ ਵੱਡਾ ਬੰਪਰ ਪ੍ਰਿੰਟ ਕਰਨਾ ਲਾ ਹੀ ਦਿੱਤਾ, ਹੁਣੇ ਕੋਈ ਪ੍ਰਿੰਟ ਹੋ ਜਾਂਦਾ ਅਤੇ ਉਹਨੂੰ ਵੀ ਕਰ ਦਾਂਗੇ ਫਿਕਸ, ਠੀਕ ਹੈ। ਮੌਕੇ 'ਤੇ ਆਹ ਸੀਨ ਹੈ, ਬਾਹਰ ਪੂਰੀ ਧੁੱਪ ਹੈ, ਵਲੌਗ ਮੈਂ ਥੋੜ੍ਹਾ ਲੇਟ ਹੀ ਸਟਾਰਟ ਕੀਤਾ, ਇੱਕ ਤਾਂ ਨੀਂਦ ਪੂਰੀ ਕੀਤੀ ਸੀ 3-4 ਦਿਨਾਂ ਦੀ, ਠੀਕ ਹੈ। ਅਤੇ ਠੰਡਾ ਹੁੰਦਾ ਬਾਹਰ ਮੌਸਮ, ਅਤੇ ਬਾਹਰ ਵਾਲੇ ਸੈਟਅਪ 'ਤੇ ਕਰਦੇ ਹਾਂ ਥੋੜ੍ਹਾ ਜਿਹਾ ਕੰਮ, ਨਾਲੇ ਸ਼ੂਟ ਕਰ ਲੈਂਦੇ ਹਾਂ, ਨਾਲੇ ਉੱਥੇ ਕੰਮ ਕਰ ਲੈਂਦੇ ਹਾਂ। ਉਸ ਤੋਂ ਇਲਾਵਾ ਇੱਧਰ POP ਵੀ ਬਸ ਖਤਮ ਹੋਣ ਹੀ ਵਾਲੀ ਹੈ, 1-2 ਬੈਚ ਬਸ ਭਰੀਣੇ ਨੇ, ਅਤੇ ਗੱਟਾ ਲਿਆਉਣਾ ਪੈਣਾ POP ਦਾ ਵੀ, ਅਤੇ ਡਾਈਆਂ ਜਿਹੜੀਆਂ ਨੇ ਉਹ ਹੋਰ ਆ ਚੁੱਕੀਆਂ ਨੇ, ਠੀਕ ਹੈ। ਇੱਟਾਂ ਦੀਆਂ ਡਾਈਆਂ ਇਹਨਾਂ ਬਾਅਦ ਪਈਆਂ ਨੇ, ਉਹ ਮਿਖਿਲ ਹੁੰਦਾ ਹੁਣੇ ਕੋ ਡਾਈਆਂ ਲੈ ਆਊਗਾ, ਉਦੋਂ ਬਾਅਦ ਫਿਰ ਆਪਾਂ ਇੱਟਾਂ ਦਾ ਪ੍ਰੋਡਕਸ਼ਨ ਵੀ ਚੰਗੀ ਪੱਧਰ 'ਤੇ ਸ਼ੁਰੂ ਕਰ ਦੇਣਾ, ਠੀਕ ਹੈ। ਹੁਣ ਬਸ ਆਪਾਂ ਇਸੇ ਕੰਮ ਜੋਗੇ ਹੀ ਹਾਂ, ਸੈਟਅਪ 'ਤੇ ਕੰਮ ਕਰਨਾ। ਸੇਲ ਵਾਲੇ ਟਰੈਕਟਰ ਮੈਂ ਬਾਹਲੇ ਨਹੀਂ ਫੜਦਾ, ਜਿਹੜਾ ਲਿਮਿਟਿਡ 'ਚ ਆਰਡਰ ਫੜਾਂਗੇ ਤਾਂ ਕਿ ਆਪਾਂ ਸੈਟਅਪ 'ਤੇ ਵੀ ਕੰਮ ਕਰ ਸਕੀਏ, ਠੀਕ ਹੈ। ਬਸ ਹੁਣ ਅੱਗੇ ਆਉਣ ਵਾਲੇ ਟਾਈਮ 'ਚ ਘੈਂਟ ਘੈਂਟ ਵਲੌਗ ਤੁਹਾਨੂੰ ਮਿਲ ਜਾਣਗੇ। ਇਹਦੇ 'ਚ ਪਾਣੀ ਹੈਗਾ ਹੈਗਾ, ਛੇਤੀ ਛੇਤੀ ਮੈਂ ਆਹ ਖਾਲੀ ਕਰਦਾ ਵਾਂ, ਠੀਕ ਹੈ, ਅਤੇ ਛੇਤੀ ਛੇਤੀ ਇੱਟਾਂ ਭਰ ਦਿੰਦੇ ਹਾਂ ਨਵੀਆਂ। ਉਸ ਤੋਂ ਇਲਾਵਾ ਜਿਹੜੀਆਂ ਆਪਣੀਆਂ ਵੱਡੀਆਂ ਇੱਟਾਂ ਨੇ, ਠੀਕ ਹੈ, ਇਹ ਵੀ ਭਰ ਦਿੰਦੇ ਹਾਂ, ਅੱਜ ਨਵੀਆਂ ਡਾਈਆਂ ਫਿਰ ਆਉਣੀਆਂ ਉਹ ਵੀ ਭਰ ਲਾਂਗੇ। ਬਾਕੀ ਇਹਦੇ ਪੇਂਟ ਵਾਲਾ ਵੀ ਹੱਲ ਕਰਨਾ ਹੈ ਆਪਾਂ, ਦੇਖਦੇ ਹਾਂ ਚਲੋ ਕੀ ਬਣਦਾ। ਮੌਕੇ 'ਤੇ ਤਾਂ ਜਿੰਨੀ ਕੁ ਆਪਣੇ ਕੋਲ POP ਹੈ, ਪਲੱਸ ਜਿੰਨਾ ਕੋਈ ਰੈੱਡ ਸੀਮਿੰਟ ਹੈ, ਇਹਦੇ ਨਾਲ ਬਣਾਉਂਦੇ ਹਾਂ ਜਿੰਨੀਆਂ ਵੀ ਇੱਟਾਂ ਬਣਨੀਆਂ, ਉਦੋਂ ਬਾਅਦ ਅੱਗੇ ਦਾ ਪਲੈਨ ਦੇਖਦੇ ਹਾਂ ਕੀ ਬਣਦਾ, ਠੀਕ ਹੈ। ਉਹ ਵੀ ਮੁੰਡਿਓ ਸੀਨ ਇੱਦਾਂ ਕਿ ਇੱਧਰ ਚੈੱਕ ਕਰੋ ਤੁਸੀਂ, 9-11 ਇਹਦੇ 'ਤੇ ਚੱਲ ਰਿਹਾ ਕੰਮ, ਬੰਪਰ ਫਿੱਟ ਹੋ ਗਿਆ, ਪਲੈਟਫੋਰਮ ਮੈਂ ਫਿੱਟ ਕਰਨ ਦਿਆਂ ਵਾਂ। ਵੈਸੇ ਪਲੈਟਫੋਰਮ ਨਾ ਵੱਡਾ ਆਪਾਂ ਤਿਆਰ ਕਰਨਾ ਸੀਗਾ, ਪਰ ਛੋਟਾ ਹੀ ਤਿਆਰ ਕੀਤਾ, ਅਤੇ ਹੁਣ ਮੈਂ ਸੋਚਣ ਦਿਆਂ ਕਿ ਵੱਡਾ ਤਿਆਰ ਕਰਦਾ, ਵੀ ਦੁਬਾਰੇ ਪ੍ਰਿੰਟ ਕਰ ਲੈਂਦੇ ਹਾਂ ਪਲੈਟਫੋਰਮ ਆਪਾਂ, ਕਿਉਂਕਿ ਨਾ ਛੋਟਾ ਪਲੈਟਫੋਰਮ ਇਹਦੇ 'ਤੇ ਸੋਹਣਾ ਨਹੀਂ ਲੱਗਣ ਦਿਆ।
ਇੱਕ ਤਾਂ ਚੌੜਾਈ ਘੱਟ ਹੈ ਪਲੈਟਫਾਰਮ ਦੀ, ਆਹ ਦੇਖੋ ਸਾਈਡਾਂ 'ਤੇ ਜਗ੍ਹਾ ਜ਼ਿਆਦਾ ਬਚਣ ਦੀ ਹੈ। ਮੜਗਾੜ ਮੈਂ ਲਾਉਣੇ ਸੀਗੇ ਅਤੇ ਮੜਗਾੜ ਵੀ ਨਾ ਪ੍ਰੋਪਰ ਫਿੱਟ ਨਹੀਂ ਆਉਂਦੇ, ਅਤੇ ਮੜਗਾੜ ਮੈਂ ਸੋਚਿਆ ਕਿ ਓਰੀਜਨਲ ਹੀ ਲਾਉਣਾ ਵਾ, ਪ੍ਰਿੰਟ ਨਹੀਂ ਕਰਦੇ। ਮੜਗਾੜ ਦਾ ਸਾਈਜ਼ ਠੀਕ ਹੈ, ਨਾਲੇ ਛੋਟੇ ਛੋਟੇ ਮੜਗਾੜ ਸੋਹਣੇ ਵੀ ਲੱਗਦੇ ਆ। ਅਤੇ ਆਹ ਦੇਖੋ ਤੁਸੀਂ ਇੰਨੇ ਮੜਗਾੜ ਜਿਹੜੇ ਆ ਟਾਇਰ ਦੇ ਉੱਤੇ ਜਾਣਗੇ ਇੰਨੇ, ਠੀਕ ਹੈ। ਅਤੇ ਜੇ ਆਪਾਂ ਇਹਨੂੰ ਇੱਥੇ ਲਾਉਂਦੇ ਹਾਂ ਫਿਰ ਭੈੜਾ ਜਿਹਾ ਲੱਗਦਾ, ਅਤੇ ਇੰਨਾ ਪਲੈਟਫਾਰਮ ਹੋਰ ਚੌੜਾ ਹੁੰਦਾ ਨਾ, ਅਤੇ ਫਿਟਿੰਗ ਬਹੁਤ ਵਧੀਆ ਆਉਣੀ ਸੀਗੀ। ਇਸ ਕਰਕੇ ਮੈਂ ਸੋਚਣ ਦਿਆ ਵਾਂ ਕਿ ਪਲੈਟਫਾਰਮ ਨੂੰ ਨਾ ਡਿਜ਼ਾਇਨ ਕਰ ਦੇਣਾ ਦੁਬਾਰੇ, ਅਤੇ ਵੈਸੇ ਵੀ ਇਹਨੇ ਥੋੜ੍ਹੀਆਂ ਮੋਡੀਫਿਕੇਸ਼ਨਾਂ ਕਰਨੀਆਂ ਨੇ, ਉਹ ਵੀ ਹੋ ਜਾਣਗੀਆਂ। ਅਤੇ ਇੱਥੋਂ ਤੱਕ ਰੱਖ ਦਿੰਦੇ ਹਾਂ ਪਲੈਟਫਾਰਮ ਆਪਾਂ ਇੱਦਾਂ ਪ੍ਰੋਪਰ, ਠੀਕ ਹੈ। ਉਹ ਚਲੋ ਦੇਖ ਲੈਂਦੇ ਹਾਂ ਆਪਾਂ, ਕੋਈ ਨਾ ਕੋਈ ਜਗਾੜ ਲਾ ਲੈਂਦੇ ਹਾਂ। ਵੈਸੇ ਵੀ ਹੋ ਸਕਦਾ ਥੋੜ੍ਹਾ ਜਿਹਾ ਰੁਕਾਂ ਮੈਂ ਪਲੈਟਫਾਰਮ ਬਣਾਉਣ 'ਚ, ਕਿਉਂਕਿ ਨਾ ਮੜਗਾੜ ਹਜੇ ਲਾਉਣੇ ਨਹੀਂ। ਮੈਂ ਪਲੈਨ ਕੀਤਾ ਹੋਇਆ ਕਿ ਯੂ ਪਾਈਪ ਦੀ ਤਿਆਰ ਕਰ ਲੈਂਦੇ ਹਾਂ, ਯੂ ਪਾਈਪ ਮਿਊਜ਼ਿਕ ਸਿਸਟਮ ਸਾਰਾ ਤਿਆਰ ਕਰਕੇ ਮੜਗਾੜ ਫਿਰ ਰੁਕ ਕੇ ਲਾ ਲਾਂਗੇ, ਕਿਉਂਕਿ ਨਾ ਮੌਕੇ 'ਤੇ ਸੀਨ ਐਵੇਂ ਆ ਕਿ ਆਪਣਾ ਆਹ ਜਿਹੜਾ ਪ੍ਰਿੰਟਰ ਹੈ ਖਰਾਬ ਹੋ ਗਿਆ ਅਤੇ ਇਹ ਵਰਕ ਨਹੀਂ ਕਰਦਾ ਪਿਆ, ਅਤੇ ਹੋ ਸਕਦਾ ਕਿ 15-20 ਦਿਨ ਬੰਦ ਹੀ ਰੱਖਣਾ ਪਵੇ ਇੱਦਾਂ ਹੀ, ਕਿਉਂਕਿ ਇਹਦੇ ਕੁਛ ਪਾਰਟਸ ਮੈਂ ਔਡਰ ਕੀਤੇ ਹੋਏ ਨੇ, ਆਉਣਗੇ ਉਦੋਂ ਬਾਅਦ ਹੀ ਇਹ ਚੱਲੂਗਾ। ਅਤੇ ਫਿਰ ਪ੍ਰਿੰਟਰ ਆਪਣੇ ਕੋਲ ਇੱਕ ਹੀ ਆ, ਪਾਰਟਸ ਕਈ ਨੇ ਪ੍ਰਿੰਟ ਕਰਨ ਵਾਲੇ, ਇਸ ਕਰਕੇ ਮੈਂ ਸੋਚਣ ਦਿਆਂ ਕਿ ਕਰੀ ਦਾ ਯੂ ਪਾਈ ਮਿਊਜ਼ਿਕ ਸਿਸਟਮ ਉਹ ਪ੍ਰਿੰਟ ਕਰ ਲੈਂਦੇ ਹਾਂ, ਪਲੈਟਫਾਰਮ 'ਤੇ ਹਜੇ ਮੱਥਾ ਨਹੀਂ ਮਾਰਦੇ, ਠੀਕ ਹੈ। ਅਤੇ ਉਸ ਤੋਂ ਇਲਾਵਾ ਆਪਣਾ ਜੌਂਡੀਅਰ ਜਿਹੜਾ ਇਹਦਾ ਬੰਪਰ ਜਿਹੜਾ ਨਵਾਂ ਇਹ ਪ੍ਰਿੰਟ ਹੋ ਚੁੱਕਿਆ, ਇਹਦੀ ਫਿਟਿੰਗ ਕਰਨੀ ਹੈ, ਇਹਦੇ ਵਿੱਚ ਜਗ੍ਹਾ ਬਣਾ ਤੀ ਵੇਟ ਪਾਉਣ ਵਾਲੀ, ਠੀਕ ਹੈ। ਆਪਣੇ ਜਿੰਨੇ ਵੀ ਟਰੇਟਰ ਨੇ ਸਾਰਿਆਂ ਦੇ ਵਿੱਚ ਹੀ ਜਿਹੜੇ ਜਿਹੜੇ ਬੰਪਰ ਲਾਉਣਾ ਆਪਾਂ, ਵੀ ਜਿਹੜੇ ਜਿਹੜੇ ਬੰਪਰ ਨਵੇਂ ਮੈਂ ਤਿਆਰ ਕਰਨੇ ਉਹਨਾਂ ਦੇ ਵਿੱਚ ਜਗ੍ਹਾ ਬਣਾਉਣ ਦਿਆਂ ਵਾ ਵੇਟ ਪਾਉਣ ਵਾਸਤੇ, ਠੀਕ ਹੈ ਮੁੰਡੇ। ਆਹ ਜੇ ਮੌਕੇ ਦਾ ਸੀਨ, ਅਤੇ ਬਾਕੀ ਪਲੈਨ ਅੱਜ ਬਾਹਰ ਸ਼ੂਟ ਕਰਨ ਦਾ ਵੀਡੀਓ ਆਪਣੇ ਇਸ ਸਵਰਾਜ ਨਾਲ, ਅੱਜ ਦੇਖਾਂਗੇ ਆਹ ਟਰੇਟਰ ਦਾ ਜ਼ੋਰ। ਅਤੇ ਬੈਟਰੀ ਇਹਦੀ ਨਵੀਂ ਤਿਆਰ ਕੀਤੀ ਹੋਈ ਆਪਾਂ ਸ਼ਾਇਦ ਆ ਰਹੀ, ਅਤੇ ਉਂਝ ਤਾਂ ਮੇਰੇ ਸਾਹਮਣਾ ਫੁੱਲ ਚਾਰਜ ਹੈ, ਅਤੇ ਬਾਕੀ ਚਲੋ ਲੱਗ ਜੂ ਪਤਾ, ਠੀਕ ਹੈ। ਕਰਦੇ ਹਾਂ ਸ਼ੂਟ ਅੱਜ, ਥੋੜ੍ਹਾ ਜਿਹਾ ਰੁਕ ਕੇ ਕਰਦਾ ਬਾਹਰ ਵਾਲੇ ਸੈਟਅਪ ਦਾ, ਦੇਖਦਾ ਕੀ ਕੰਡੀਸ਼ਨ ਆ ਮੌਕੇ 'ਤੇ। ਬਾਹਰ ਦਾ ਸੀਨ ਐਵੇਂ ਆ, ਆਹ ਦੇਖੋ ਤੁਸੀਂ ਮੌਕੇ 'ਤੇ ਵੈਸੇ ਤਾਂ ਹਾਲਾਤ ਹੈਗੇ ਸ਼ੂਟ ਵਾਲੇ ਵਧੀਆ ਹੈ, ਧੁੱਪ ਧੱਪ ਬਿਲਕੁਲ ਓਕੇ ਆ, ਛਾਂ ਆ ਜਾਂਦੀ ਇੱਥੇ ਇਸ ਟਾਈਮ, ਆਹ ਚੀਜ਼ ਦਾ ਕਾਫੀ ਸਹੀ ਹੈ ਕੰਮ। ਆ ਦੇਖੋ 5 ਵਜੇ ਇੱਥੇ ਪੂਰੀ ਛਾਂ ਆ ਗਈ ਹੈ, ਆਪਣੇ ਉਤਲੇ ਸੈਟਅਪ 'ਤੇ 7 ਵਜੇ ਤੱਕ ਮਸਾਂ ਸਿਸਟਮ ਸੈੱਟ ਹੁੰਦਾ ਸੀ ਸ਼ੂਟ ਵਾਸਤੇ, ਮੌਕੇ 'ਤੇ ਹੁਣ ਆਪਣੇ ਕੋਲ 3 ਘੰਟੇ ਨੇ, ਆਪਾਂ ਆਰਾਮ ਨਾਲ ਸ਼ੂਟ ਕਰ ਸਕਦੇ ਹਾਂ। ਅਤੇ ਆਹ ਦੇਖ ਲਓ ਆਹ ਜੇ ਆਪਣਾ ਸੈਟਅਪ, ਅਤੇ ਆਹ ਮੈਂ ਕੰਮ ਸ਼ੁਰੂ ਕੀਤਾ ਹੋਇਆ ਸੀ, ਇੱਟਾਂ ਪੱਟੀਆਂ ਨੇ ਵੀ ਉਹਨਾਂ ਨੂੰ ਸਹੀ ਢੰਗ ਤਰ੍ਹਾਂ ਲਾਉਣਾ ਸੀਗਾ, ਇਸ ਕਰਕੇ ਪੱਟੀਆਂ ਹੋਈਆਂ। ਛੇਤੀ ਛੇਤੀ ਮੈਂ ਥੋੜ੍ਹਾ ਸੈੱਟ ਕਰ ਲਾਂ ਇਹ, ਉਦੋਂ ਬਾਅਦ ਫਿਰ ਆਪਾਂ ਸ਼ੂਟ ਕਰਾਂਗੇ ਸਵਰਾਜ ਨਾਲ। ਅਤੇ ਵੈਸੇ ਤਾਂ ਰਾਹ ਆਪਣਾ ਖਰਾਬ ਹੀ ਹੈ, ਦੇਖਦੇ ਹਾਂ ਮਾੜਾ ਮੋਟਾ ਸੈੱਟ ਕਰ ਲੈਂਦੇ ਹਾਂ। ਉੱਧਰ ਵੀ ਉਹ ਦੇਖੋ ਕਚਰਾ ਕਚਰਾ ਜਿਹਾ ਹੋਇਆ ਪਿਆ ਸਾਰਾ ਹੀ, ਆਹ ਅਨਾਰ ਦੇ ਨਾ ਥੱਲੇ ਪੱਤੇ ਡਿੱਗ ਡਿੱਗ ਕੇ ਸਾਰਾ ਖਰਾਬ ਹੋਇਆ ਪਿਆਰਾ। ਕੋਈ ਨਹੀਂ, ਇਹਨੂੰ ਹੁਣ ਇੰਨੀ ਛੇਤੀ ਨਹੀਂ ਕਰਦੇ ਸਹੀ, ਇਹਨੂੰ ਆਰਾਮ ਨਾਲ ਕਰਦੇ ਹਾਂ, ਇੱਟਾਂ ਉੱਟਾਂ ਲਾਉਣੀਆਂ ਸਾਰੇ ਜੀ, ਅਤੇ ਫਿਰ ਇੱਕ ਪਾਸਿਓਂ ਸ਼ੁਰੂ ਕਰਾਂਗੇ ਕੰਮ, ਇੱਧਰੋਂ ਸ਼ੁਰੂ ਕਰਦੇ ਹਾਂ ਆਪਾਂ, ਠੀਕ ਹੈ। ਅਤੇ ਪਹਿਲੀ ਵੀ ਦੇਖਦੇ ਹਾਂ, ਹੁਣ ਮੀਂਹ ਦਾ ਮੌਸਮ ਅਜੇ ਹੈਗਾ ਹੈ, ਮੀਂਹ ਜਿਵੇਂ ਕੱਲ੍ਹ ਆਇਆ, ਅਤੇ ਹਜੇ ਮਹੀਨਾ ਇੱਕ ਹੋਰ ਵੇਖਣਾ ਪਊਗਾ ਜਿੱਥੋਂ ਤੋਂ ਮੈਨੂੰ ਲੱਗਣ ਦਿਆ, ਬਾਕੀ ਚਲੋ ਦੇਖ ਲੈਂਦੇ ਹਾਂ। ਅਤੇ ਬਾਕੀ ਕਨਫਿਊਜ਼ਨ ਚੱਲਣ ਦੀ ਆ, ਪਲੈਨ ਕਾਫੀ ਬਣਦੇ ਪੈਣੇ, ਕੈਂਸਲ ਵੀ ਹੋਣ ਦੇਣੇ, ਵਿੱਚ ਜਦ ਪਲੈਨ ਬਣ ਗਿਆ ਸੀ ਕਿ ਇਹਨੂੰ ਵੀ ਤੋੜ ਦੇਣਾ ਇੱਟਾਂ ਦੀ ਬਣਾਵਾਂਗੇ, ਪਰ ਮੌਕੇ 'ਤੇ ਆਪਣੇ ਕੋਲ ਨਾ ਹੀ ਇੰਨੀਆਂ ਇੱਟਾਂ ਨੇ, ਨਾ ਹੀ ਇੰਨਾ ਟਾਈਮ ਹੈ ਕਿ ਦੁਬਾਰੇ ਬਣਾ ਸਕਾਂ ਮੈਂ, ਇਸ ਕਰਕੇ ਇਹਨੂੰ ਇੱਕ ਵਾਰੀ ਮੈਂ ਰੱਖਦਾ, ਮੈਂ ਚੱਲ ਇੱਦਾਂ ਯੂਜ਼ ਕਰਦੇ ਹਾਂ, ਅੱਗੇ ਫਿਰ ਦੇਖਾਂਗੇ ਜਦੋਂ ਸਾਰਾ ਬਣ ਗਿਆ ਨਾ, ਅਤੇ ਆਪਣੇ ਕੋਲ ਟਾਈਮ ਹੋਇਆ, ਅਤੇ ਇੱਟਾਂ ਵੀ ਆਪਣੇ ਕੋਲ ਸਟੋਕ 'ਚ ਹੋਈਆਂ, ਉਦੋਂ ਬਾਅਦ ਫਿਰ ਇਹਨੂੰ ਤਿਆਰ ਕਰਾਂਗੇ ਦੁਬਾਰੇ, ਠੀਕ ਹੈ। ਹਜੇ ਬਣਾਉਣ ਵਾਲਾ ਕਾਫੀ ਕੁਛ ਪਿਆ ਇਸ ਕਰਕੇ, ਅਤੇ ਬਾਕੀ ਆ ਮੈਂ ਇੱਟਾਂ ਜੋੜ ਲਾਂ ਛੇਤੀ ਛੇਤੀ, ਇੱਟਾਂ ਜੋੜ ਕੇ ਅਤੇ ਫਿਰ ਲਿਆਉਂਦੇ ਹਾਂ ਟਰੇਟਰ, ਅਤੇ ਸ਼ੂਟ ਕਰਦੇ ਹਾਂ। ਲਓ ਵੀ ਮੁੰਡਿਓ, ਸੀਨ ਐਵੇਂ ਆ ਕਿ ਆਪਣੀ ਤਿਆਰੀ ਆ ਸ਼ੂਟ ਕਰਨ ਦੀ ਵੀਡੀਓ, ਅਤੇ ਬਸ ਟਰਾਲੀ ਵੀ ਰੇਡੀ ਹੈ ਇੱਥੇ, ਲਾਲ ਟਰਾਲੀ ਯੂਜ਼ ਕਰਾਂਗੇ ਆਪਾਂ ਸਵਰਾਜ ਮਗਰ,
ਅਤੇ ਉਸ ਤੋਂ ਇਲਾਵਾ ਇਹਦਾ ਰਿਮੋਟ ਲੱਭਣਾ ਪੈਣਾ ਕਿਹੜਾ ਆਈ ਥਿੰਕ ਉਹ ਹੀ ਹੋਊਗਾ। ਬੈਂਟਰੀ ਬੂੰਟਰੀ ਪਾਉਂਦੇ ਹਾਂ ਅਤੇ ਆਹ ਦੇਖੋ ਇੱਥੇ ਪ੍ਰਿੰਟ ਕਰਨਾ ਲਾਇਆ ਹੋਇਆ ਆਪਾਂ, ਜਿਹੜਾ ਕਿ ਮੈਂ ਗਲਤੀ ਨਾਲ ਮੈਨੂੰ ਲੱਗਦਾ ਫਿਰ ਉਹੀ ਪ੍ਰਿੰਟ ਕਰਨਾ ਲਾਤਾ ਜਿਹੜਾ ਪਹਿਲਾਂ ਲਾਇਆ ਸੀਗਾ। ਅਤੇ ਇਹਨੂੰ ਕਰੀਏ ਬੰਦ ਛੇਤੀ ਛੇਤੀ, ਠੀਕ ਹੈ। ਨਵੀਂ ਫਾਈਲ ਮੈਂ ਕਾਪੀ ਕੀਤੀ ਤਾਂ ਸੀ ਇਹਦੇ ਵਿੱਚ, ਪਰ ਪਤਾ ਨਹੀਂ ਕੀ ਚੱਕਰ ਆ ਫਾਈਲ ਇਹਦੇ 'ਚ ਆਈ ਕਿਉਂ ਨਹੀਂ। ਨਿਊ ਹੋਲੈਂਡ ਬੰਪਰ, ਨਿਊ ਹੋਲੈਂਡ ਬੰਪਰ, ਐਨ ਐਚ ਜੇ ਡੀ, ਲੱਗਦਾ ਪਿਆ ਥੋੜ੍ਹਾ ਜਿਹਾ ਸਿਸਟਮ ਗੜਬੜ ਹੋ ਗਿਆ ਯਾਰ। ਚਲੋ ਦੁਬਾਰੇ ਲਾਉਂਦੇ ਹਾਂ ਫਾਈਲ, ਹੋਰ ਤਾਂ ਹੁਣ ਕੀ ਕਰ ਸਕਦੇ ਹਾਂ। ਆਹ ਦੇਖੋ ਇਸ ਵਾਰੀ ਤਾਂ ਪਹਿਲਾਂ ਨਾਲੋਂ ਵੀ ਜ਼ਿਆਦਾ ਖਰਾਬ ਹੋ ਗਈ ਹੈ। ਆਹ ਦੇਖੋ ਲਾਈਨਿੰਗ ਜੀ ਆਉਣ ਦੀ ਹੈ ਅਤੇ ਲਾਈਨ ਹੈ ਵੀ ਟੇਢੀ ਹੈ, ਵੀ ਜੇ ਇੱਕ ਬਿਲਕੁਲ ਸਿੱਧੀ ਲਾਈਨ ਹੋਵੇ ਨਾ ਇਹਦੇ ਵਿੱਚ ਫਿਰ ਤਾਂ ਇੱਦਾਂ ਕਹਿ ਸਕਦੇ ਹਾਂ ਆਪਾਂ ਵੀ ਪ੍ਰਿੰਟਰ 'ਚ ਕੋਈ ਦਿੱਕਤ ਹੈ, ਵੀ ਇਸ ਥਾਂ 'ਤੇ ਆ ਕੇ ਇਹਦਾ ਬੈਰਿੰਗ ਗੜਨ ਦਿਆ ਜਾਂ ਕੋਈ ਨਾ ਕੋਈ ਦਿੱਕਤ ਆਉਂਦੀ ਹੈ। ਪਰ ਆ ਲਾਈਨ ਜਿਹੜੀ ਟੇਢੀ ਜਾਂਦੀ ਨਾ ਤਾਂ ਨੂੰ ਇਹਦੇ ਵਿੱਚ ਪ੍ਰਿੰਟਰ 'ਚ ਕੋਈ ਦਿੱਕਤ ਨਹੀਂ ਗੀ, ਇਹ ਜੀ ਕੋਡ 'ਚ ਪ੍ਰੋਬਲਮ ਹੈ ਕੋਈ, ਇੱਥੋਂ ਹੀ ਪਤਾ ਲੱਗਦਾ। ਚਲੋ ਕੋਈ ਨਹੀਂ, ਜਿੱਥੇ ਇੰਨਾ ਕੁਝ ਵੇਸਟ ਹੋਣ ਦਿਆ ਉੱਥੇ ਥੋੜ੍ਹਾ ਜਿਹਾ ਫਿਲਾਮੈਂਟ ਹੋਰ ਸਹੀ ਇੱਥੇ ਗਈ ਬਾਲਟੀ ਕਰੀ ਨਾ ਸ਼ੂਟ ਕਰ ਲਈਏ ਹੁਣ, ਸ਼ੂਟ ਕਰਕੇ ਅਤੇ ਉਦੋਂ ਬਾਅਦ ਫਿਰ ਦੁਬਾਰੇ ਚਲਾਉਣਾ ਪ੍ਰਿੰਟਰ ਮੈਂ। ਲਓ ਵੀ ਮੁੰਡਿਓ ਆਹ ਕਰੋ ਚੈੱਕ, ਤੁਸੀਂ ਟਰੈਕਟਰ ਲਾ ਦੇ ਲੈਂਸਰ ਆਪਾਂ, ਅਤੇ ਇੱਦਾਂ ਖੜ੍ਹੇ ਸੀ ਟਰੈਕਟਰ ਅਤੇ ਹੁਣ ਅਸੀਂ ਦੇਖਣ ਦਿਆ ਸੀ ਵੀ ਇੱਦਾਂ ਨਾ ਟਰੈਕਟਰ ਖੜ੍ਹੇ ਸੋਹਣੇ ਲੱਗਦੇ ਨੇ ਵੀ ਆਪਾਂ ਛੱਤ ਰਹਿਣ ਦੀਏ ਨਹੀਂ ਪਾਉਂਦੇ ਉੱਤੇ। ਅਤੇ ਕਾਫੀ ਲੰਮੀ ਡਿਸਕਸ ਕਰਨ ਤੋਂ ਬਾਅਦ ਇਸ ਨਤੀਜੇ 'ਤੇ ਪਹੁੰਚੇ ਹਾਂ ਵੀ ਆਪਾਂ ਇੱਦਾਂ ਕਰਾਂਗੇ ਕਿ ਪਰਲੀ ਸਾਈਡ ਛੱਤ ਪਾ ਦਾਂਗੇ ਨਾਲ ਨਾਲ, ਅਤੇ ਆਹ ਏਰੀਆ ਨਾ ਆਹ ਓਪਨ ਰਹਿਣ ਦਾਂਗੇ, ਠੀਕ ਹੈ। ਵੀ ਉੱਧਰ ਛੱਤ ਪੈ ਜੂ, ਕਈ ਵਾਰ ਇੱਦਾਂ ਦਾ ਇੰਪਲੀਮੈਂਟ ਹੁੰਦਾ ਜਿਹੜਾ ਮੀਂਹ ਗਣੀ ਤੋਂ ਬਚਾਉਣ ਵਾਸਤੇ ਖਿਲਾਰਨਾ ਪੈ ਜਾਂਦਾ, ਉੱਥੇ ਖੜ ਜੂਗਾ, ਬਾਕੀ ਸਾਰੇ ਓਪਨ ਖੜ੍ਹੇ ਰਹਿਣਗੇ। ਆਹ ਪਲੈਨ ਕੀਤਾ ਮੌਕੇ 'ਤੇ ਅਸੀਂ, ਅਤੇ ਮੌਕੇ 'ਤੇ ਆਪਦੇ ਹੋਲੋ ਇੱਦਾਂ ਦਾ ਲੱਗ ਰਿਹਾ ਸੈਟਅਪ, ਹਜੇ ਤਾਂ ਸ਼ੁਰੂਆਤ ਹੈ। ਅਤੇ ਚਲੋ ਇੱਕ ਵੀਡੀਓ ਸ਼ੂਟ ਕਰਨੀ ਹੈ ਵੱਡੇ ਚੈਨਲ ਵਾਸਤੇ, ਅਤੇ ਮੈਂ ਉਹ ਸ਼ੂਟ ਕਰ ਲੈਣਾ, ਨਾਲੇ ਉਹਦੇ ਸਵਰਾਜ ਚਲਾ ਕੇ ਦਿਖਾ ਦਿੰਦੇ ਹਾਂ। ਸਵਰਾਜ ਤੁਹਾਨੂੰ ਵਲੌਗਸ ਵੀ ਚਲਾ ਕੇ ਵਿਖਾ ਦਾਂਗਾ ਮੈਂ ਇਹਦੇ 'ਚ ਵੀ ਪੱਟਦੀ ਕਿਹੜੀ, ਹਾਂ ਇਹ ਮੈਂ ਪੱਟਦੀ ਪਾਰਟੀ ਦੇਣੀ ਸੀ, ਅੱਗੇ ਪੱਟਾਂਗਾ ਮੈਂ ਵੀਡੀਓ 'ਚ ਪੱਟਾਂਗਾ। ਅਤੇ ਚਲੋ ਫਿਰ ਮੁੰਡੇ ਸ਼ੂਟ ਕਰ ਲਈਏ ਛੇਤੀ ਛੇਤੀ, ਜ਼ਿਆਦਾ ਲੰਮਾ ਚੌੜਾ ਨਹੀਂ ਗਾ, ਬਸ ਟੈਸਟਿੰਗ ਕਰਨੀ ਟਰੇਟਰ ਦੀ ਨਾਲੇ ਟਰਾਲੀ ਦੀ। ਮੈਂ ਸੋਚਿਆ ਚਲੋ ਉੱਥੋਂ ਥੋੜ੍ਹੀਆਂ ਇੱਟਾਂ ਲੈ ਆਵਾਂਗੇ ਨਾਲੇ, ਨਾਲੇ ਵੀਡੀਓ ਸ਼ੂਟ ਹੋ ਜੂਗੀ। ਚਲੋ ਫਿਰ ਕਰੀਏ ਕੰਮ ਸ਼ੁਰੂ। ਲਓ ਵੀ ਮੁੰਡਿਓ ਸ਼ੂਟ ਕਰ ਲਈ ਆਪਾਂ ਵੀਡੀਓ ਆਪਣੇ ਸਵਰਾਜ ਨਾਲ, ਠੀਕ ਹੈ। ਅਤੇ ਠੀਕ ਆ ਪਰਫੋਰਮੈਂਸ, ਗੁੱਡ ਹੈ, ਠੀਕ ਹੈ, ਕਾਫੀ ਸਹੀ ਹੈ। ਉਹ ਕੋਈ ਨਹੀਂ ਹੁੰਦਾ, ਟਰਾਲੀ ਖਾਲੀ ਵੀ ਕਰਨੀ ਹੈ ਅਤੇ ਢੇਰ ਲਾ ਦੇ, ਵੈਸੇ ਵੀ ਬਲੌਕ ਚਾਹੀਦੇ ਨੇ ਆਪਾਂ ਨੂੰ। ਅਤੇ ਪਾਵਰ ਆਪਾਂ, ਮੈਂ ਇਹ ਨਹੀਂ ਕਹਿੰਦਾ ਪੂਰੀ ਮੈਂ 100% ਇਹਦਾ ਜ਼ੋਰ ਲਵਾਇਆ, 100% ਨਹੀਂ ਲਵਾਇਆ, ਠੀਕ ਹੈ। ਵੀ ਆਪਾਂ ਇੰਨਾ ਬਾਹਲਾ ਇੰਨਾ ਧੱਕਾ ਕਰ ਨਹੀਂ ਸਕਦੇ ਇਹਦੇ ਨਾਲ, ਕਿਉਂਕਿ ਆਪਣੇ ਪਰਸਨਲ ਹੋਣ ਉਹਨਾਂ 'ਚ ਤਾਂ ਕੋਈ ਚੱਕਰ ਨਹੀਂ ਗਾ, ਜਿੰਨਾ ਮਰਜ਼ੀ ਕਰ ਲਓ। ਹਾਂ ਇੰਨਾ ਕੁ ਧੱਕਾ ਮੈਂ ਕਰ ਲਿਆ ਵੀ ਜਿਸ ਚੀਜ਼ ਦੀ ਮੈਂ ਗਰੰਟੀ ਦਿੰਦਾ ਵਾਂ ਵੀ ਟਰੇਟਰ ਇੰਨਾ ਕੁ ਵਜਨ ਆਰਾਮ ਨਾਲ ਖਿੱਚ ਲੂਗਾ, ਕੋਈ ਪ੍ਰੋਬਲਮ ਨਹੀਂ ਗੀ। ਸਭ ਨਾਲੋਂ ਵੱਡੀ ਪ੍ਰੋਬਲਮ ਇਹ ਹੈ ਕਿ ਟਰੇਟਰ ਦੀ ਸਪੀਡ ਬਹੁਤ ਜ਼ਿਆਦਾ, ਠੀਕ ਹੈ, ਟਰੇਟਰਾਂ ਬਹੁਤ ਹੀ ਓਵਰ ਸਪੀਡ ਹੈ ਛੱਡੀ ਵੀ ਪਾਵਰ ਦੇ ਹਿਸਾਬ ਨਾਲ, ਜਿੱਥੇ ਪਾਵਰ ਵੀ ਹੁੰਦੀ ਹੈ ਅਤੇ ਸਪੀਡ ਵੀ ਹੁੰਦੀ ਹੈ, ਇਹ ਉਹ ਕੋਂਬੀਨੇਸ਼ਨ ਹੈ ਇਹਦਾ। ਨੋਰਮਲੀ ਆਪਣੇ ਟਰੇਟਰਾਂ 'ਚ ਕੀ ਹੈ, ਸਪੀਡ ਹੈ ਨਹੀਂ ਇੰਨੀ ਪਰ ਪਾਵਰ ਹੈਗੀ ਹੈ, ਇਹਦੇ ਵਿੱਚ ਪਾਵਰ ਵੀ ਠੀਕ ਠਾਕ ਹੈ ਅਤੇ ਸਪੀਡ ਵੀ ਪਾਈ ਹੋਈ ਹੈ, ਇਹ ਦੋਵਾਂ ਦਾ ਕੋਂਬੀਨੇਸ਼ਨ ਹੈ। ਇਸ ਕਰਕੇ ਇਹ ਦੋਵਾਂ ਕੈਟੇਗਰੀਆਂ 'ਚ ਨਾ ਮੈਂ ਨਹੀਂ ਕਹਿੰਦਾ ਕਿ 100% ਹੈ, ਪਰ ਦੋਵਾਂ ਨੂੰ ਐਵਰੇਜ ਨਾਲ ਲੈ ਕੇ ਚੱਲਦਾ, ਠੀਕ ਹੈ, ਵੀ ਸਪੀਡ ਵੀ ਹੈ ਅਤੇ ਪਾਵਰ ਵੀ ਹੈ। ਆਹ ਦੇਖੋ ਸਪੀਡ ਟਰੇਟਰ ਦੀ ਇੰਨੀ ਹੈ, ਆਪਣੇ ਨੋਰਮਲ ਕਲੈਕਸ਼ਨ ਦੇ ਜਿੰਨੇ ਵੀ ਟਰੇਟਰ ਨੇ ਆਪਣੇ ਪਰਸਨਲ, ਉਹਨਾਂ ਟਰੇਟਰਾਂ ਦੀ ਵੀ ਇੰਨੀ ਸਪੀਡ ਹੈ ਨਹੀਂ ਗੀ, ਇਹਨਾਂ ਨਾਲੋਂ ਥੋੜ੍ਹੀ ਜਿਹੀ ਘੱਟ ਹੀ ਆ ਉਹਨਾਂ ਦੀ ਸਪੀਡ ਵੀ।
ਵੀਡੀਓ ਉਹ ਸ਼ਾਰਟ ਬਣਾ ਦੇ ਐਵੇਂ ਹੀ ਬਣਾਉਣੀ ਹੈ ਐਵੇਂ ਵੀ ਮਤਲਬ ਸਾਰਾ ਨਾ ਚੱਕਿਆ ਜਾਵੇ ਅੱਧਾ ਕੁਛ ਖਿੱਚੇ ਉਹ ਤੁਹਾਨੂੰ ਅੱਧਾ ਚੁਕਾਏਗਾ ਤਾਂ ਹੀ ਹੈ ਮੈਂ ਚੁਕਾ ਲਓ ਵੀ ਮੁੰਡਿਓ ਸੀਨ ਇੱਦਾਂ ਕਿ ਅੱਜ ਤੇ ਟਾਈਮ ਚੈੱਕ ਕਰੋ ਤੁਸੀਂ ਲਗਭਗ 5:30 ਦਾ ਟਾਈਮ ਹੈ ਅਤੇ ਨੈਕਸਟ ਡੇ ਮੈਂ ਕਰਨ ਆ ਵਾਂ ਵਲੋਗ ਕੰਟੀਨਿਊ ਕਰਦਾ ਬਸ ਐਂਡ ਕਰਨ ਲੱਗਾ ਵਾਂ ਇਸ ਤੋਂ ਪਹਿਲਾਂ ਲਾਸਟ ਕਲਿੱਪ ਤੁਸੀਂ ਵੇਖਿਆ ਸੀ ਕਿ ਸਵਰਾਜ ਨਾਲ ਆਪਾਂ ਵੀਡੀਓ ਸ਼ੂਟ ਕਰ ਲਈ ਸੀ ਅਤੇ ਹਜੇ ਦੇ ਟਾਇਰ ਟੂਰ ਸਾਫ਼ ਨਹੀਂ ਕੀਤੇ ਉਹ ਹੁਣ ਦੇਖਾਂਗੇ ਅੱਜ ਕਰਾਂਗੇ ਅੱਜ ਮਤਲਬ ਵੀ ਨੈਕਸਟ ਵਲੋਗ 'ਚ ਠੀਕ ਹੈ ਅਤੇ ਮੌਕੇ 'ਤੇ ਮੇਰੀ ਤਿਆਰੀ ਸੀ ਜਿੰਮ ਦੀ ਕਾਫੀ ਟਾਈਮ ਹੋ ਗਿਆ ਜਿੰਮ ਨਹੀਂ ਸੀ ਗਏ ਮੈਂ ਕਿਹਾ ਚੱਲ ਜਿੰਮ ਸ਼ੁਰੂ ਕਰਦੇ ਹਾਂ ਦੁਬਾਰੇ ਅਤੇ ਉਸ ਦੇ ਨਾਲ ਆਹ ਚੈੱਕ ਕਰੋ ਇੱਕ ਹੋਰ ਡਾਈ ਆ ਗਈ ਸੀਗੀ ਇੱਟਾਂ ਦੀ ਠੀਕ ਹੈ ਦੋ ਡਾਈਆਂ ਮੰਗਾਈਆਂ ਸੀ ਅਤੇ ਇੱਕ ਆ ਨਵੇਂ ਡਿਜ਼ਾਈਨ 'ਚ ਆਈ ਹੈ ਡਾਈ ਇਹਦੇ ਵਿੱਚ ਇੱਟਾਂ ਵੀ ਕਾਫੀ ਜ਼ਿਆਦਾ ਬਣ ਗਈਆਂ ਠੀਕ ਹੈ ਅਤੇ ਇਹਦੇ ਵਿੱਚ ਇੱਟਾਂ ਦਾ ਡਿਜ਼ਾਈਨ ਵੀ ਥੋੜ੍ਹਾ ਜਿਹਾ ਅੱਡ ਹੈ ਆਹ ਦੇਖੋ ਇੱਕ ਤਾਂ ਇੱਟਾਂ ਦੀ ਲੰਬਾਈ ਵਧੀ ਹੋਈ ਹੈ ਇੱਕ ਮਿੰਟ ਮੈਂ ਲਾਈਟਾਂ 'ਚ ਗਾਲਾਂ ਥੋੜ੍ਹੀ ਜਿਹੀ ਕੁਆਲਿਟੀ ਇੰਪਰੂਵ ਕਰ ਲਈ ਹੈ ਜੀ ਅਤੇ ਆਹ ਦੇਖੋ ਇੱਟਾਂ ਦੇ ਸਾਈਜ਼ ਦਾ ਕਿੰਨਾ ਫਰਕ ਹੈ ਠੀਕ ਹੈ ਥੋੜ੍ਹੀ ਲੰਬਾਈ ਜ਼ਿਆਦਾ ਹੈ ਪਲੱਸ ਚੌੜਾਈ ਜਿਹੜੀ ਹੈ ਉਹ ਘੱਟ ਹੈ ਅਤੇ ਉਚਾਈ ਵੀ ਜ਼ਿਆਦਾ ਇਹਦੇ ਨਾਲੋਂ ਉਚਾਈ ਦਾ ਤਾਂ ਕਾਫੀ ਫਰਕ ਹੈ ਇਹ ਆਹ ਦੇਖੋ ਇੰਨਾ ਉਚਾਈ ਦਾ ਵੀ ਫਰਕ ਹੈ ਠੀਕ ਹੈ ਅਤੇ ਆਹ ਜਿਹੜੀਆਂ ਇੱਟਾਂ ਨੇ ਨਾ ਇਹ ਚਿਨਾਈ ਵਾਸਤੇ ਬੈਸਟ ਸਮਝਦਾ ਮੈਂ ਠੀਕ ਹੈ ਚਿਨਾਈ ਵਾਸਤੇ ਬੈਸਟ ਮੰਨਦਾ ਮੈਂ ਕਿਉਂਕਿ ਆਹ ਜਿਹੜੀਆਂ ਇੱਟਾਂ ਨੇ ਨਾ ਇਹਨਾਂ ਨਾਲ ਚਿਨਾਈ ਦੇ ਵਿੱਚ ਥੋੜ੍ਹੀ ਜਿਹੀ ਪ੍ਰੋਬਲਮ ਆਉਂਦੀ ਹੈ ਕਿਉਂਕਿ ਇਹਨਾਂ ਦੀ ਉਚਾਈ ਘੱਟ ਹੈ ਨਾ ਅਤੇ ਜਦੋਂ ਕੰਧਾਂ ਕੱਢੀ ਦੀਆਂ ਨੇ ਉਦੋਂ ਫਿਰ ਇਹ ਜਿੱਦਾਂ ਜ਼ਿਆਦਾ ਲੱਗਦੀਆਂ ਨੇ ਇੱਟਾਂ ਠੀਕ ਹੈ ਵੀ ਇੱਟਾਂ ਇਹ ਜ਼ਿਆਦਾ ਲਾਉਣੀਆਂ ਪੈਂਦੀਆਂ ਨੇ ਅਤੇ ਲੰਬਾਈ ਵੀ ਘੱਟ ਹੈ ਅਤੇ ਚੌੜਾਈ ਜ਼ਿਆਦਾ ਹੈ ਕੰਧ ਦੇ ਵਿੱਚ ਆਪਾਂ ਨੂੰ ਚੌੜਾਈ ਘੱਟ ਚਾਹੀਦੀ ਹੈ ਉਚਾਈ ਅਤੇ ਲੰਬਾਈ ਜ਼ਿਆਦਾ ਚਾਹੀਦੀ ਹੈ ਅਤੇ ਮੇਰੇ ਹਿਸਾਬ ਨਾਲ ਆਹ ਇੱਟਾਂ ਬੈਸਟ ਰਹਿਣਗੀਆਂ ਅਤੇ ਬਾਕੀ ਇਹਦੇ ਵਿੱਚ ਇੱਟਾਂ ਵੀ ਕਾਫੀ ਜ਼ਿਆਦਾ ਬਣਨਗੀਆਂ ਹੁਣ ਐਗਜੈਕਟ ਨਹੀਂ ਮੈਨੂੰ ਯਾਦ 1, 2, 3, 4, 5, 6, 7, 8 ਇੱਕ ਲਾਈਨ 'ਚ 8 ਨੇ ਅਤੇ 8, 8, 16 ਅਤੇ 16, 16, 32 ਅਤੇ 32 ਅਤੇ 8, 40 ਠੀਕ ਹੈ ਇਹਦੇ ਵਿੱਚ ਨਾ ਇੱਕ ਟਾਈਮ 'ਤੇ 40 ਇੱਟਾਂ ਬਣ ਕੇ ਨਿਕਲਣਗੀਆਂ ਠੀਕ ਹੈ ਅਤੇ ਇਹਦੇ ਵਿੱਚ ਮੈਨੂੰ ਲੱਗਦਾ 20 ਇੱਟਾਂ ਬਣਦੀਆਂ ਹਾਂ 20 ਇਹਦੇ ਵਿੱਚ 20 ਇੱਟਾਂ ਬਣਦੀਆਂ ਯਾਨੀ ਕਿ ਆਹ ਦੋ ਡਾਈਆਂ ਮਿਲ ਕੇ ਜਿੰਨੀਆਂ ਇੱਟਾਂ ਬਣਾਉਣਗੀਆਂ ਠੀਕ ਹੈ ਆਹ ਇਕੱਲੀ ਡਾਈ ਆਉਣੀਆਂ ਇੱਟਾਂ ਕੱਢੀ ਜਾਊਗੀ ਅਤੇ ਮੈਂ ਦੇਖਦਾ ਅੱਗੇ ਆਹ ਇੱਟਾਂ ਬਣਾਉਣੀਆਂ ਸ਼ੁਰੂ ਕਰਦੇ ਹਾਂ ਫਿਰ ਚਨਾਈ ਦੇ ਵਿੱਚ ਨਾ ਆਹ ਇੱਟਾਂ ਯੂਜ਼ ਕਰਾਂਗੇ ਜਿਹੜਾ ਬਾਹਰ ਆਪਾਂ ਪ੍ਰੋਪਰ ਸੈਟਅਪ ਬਣਾਉਣਾ ਹੈ ਨਾ ਉਰਲੀ ਸਾਈਡ ਸਿਟੀ ਬਣਨੀ ਹੈ ਜਿਹੜੀ ਮਿੱਖਲ ਨੇ ਬਣਾਉਣੀ ਹੈ ਉਹਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਇਸ ਇੱਟਾਂ ਨਾਲ ਹੀ ਚਨਾਈ ਕਰੀਏ ਆਪਾਂ ਠੀਕ ਹੈ ਇਹਦੇ ਵਿੱਚ ਸਿਰਫ ਇੰਨਾ ਫਰਕ ਹੈ ਕਿ ਆਹ ਜਿਹੜੇ ਕਿਨਾਰੇ ਨੇ ਨਾ ਇਹ ਥੋੜ੍ਹੇ ਜਿਹੇ ਗੋਲ ਕੀਤੇ ਹੋਏ ਨੇ ਮਾਮੂਲੀ ਜਿਹੀ ਗੁਲਾਈ ਹੈ ਧਿਆਨ ਨਾਲ ਦੇਖੋ ਬਾਕੀ ਤਾਂ ਵੀ ਸਹੀ ਹੈ ਕੋਈ ਚੱਕਰ ਨਹੀਂਗਾ ਵੀ ਵੇਖਣ 'ਚ ਕਾਫੀ ਸੋਹਣਾ ਲੱਗੂਗਾ ਜਿੱਥੋਂ ਤੱਕ ਮੇਰਾ ਆਈਡੀਆ ਆਹ ਇੱਟਾਂ ਵੀ ਠੀਕ ਨੇ ਪਰ ਆਹ ਇੱਟਾਂ ਮੈਂ ਜ਼ਿਆਦਾ ਵਧੀਆ ਮੰਨਦਾ ਥੱਲੇ ਲਾਉਣ ਵਾਸਤੇ ਠੀਕ ਹੈ ਵੀ ਥੱਲੇ ਲਾਉਣ ਵਾਸਤੇ ਆਹ ਇੱਟਾਂ ਬਹੁਤ ਘੈਂਟ ਨੇ ਇੱਕ ਤਾਂ ਉਚਾਈ ਵੀ ਘੱਟ ਹੈ ਅਤੇ ਚੌੜਾਈ ਲੰਬਾਈ ਲੰਬਾਈ ਚਲੋ ਘੱਟ ਹੈ ਇਹਦੇ ਨਾਲੋਂ ਪਰ ਲੰਬਾਈ ਇਹਦੀ ਠੀਕ ਹੈ ਵੀ ਚੌੜਾਈ ਕਾਫੀ ਸਹੀ ਹੈ ਆਹ ਇੱਟਾਂ ਨਾਲ ਥੱਲੇ ਫਰਸ਼ ਫੁਰਸ਼ ਲਾਉਣ ਵਾਸਤੇ ਬਹੁਤ ਸਹੀ ਚੀਜ਼ ਹੈ ਅਤੇ ਇਹਨੂੰ ਆਪਾਂ ਫਿਰ ਯੂਜ਼ ਕਰ ਲਾਂਗੇ ਫਰਸ਼ 'ਚ ਬਾਕੀ ਚਲੋ ਚਿਨਾਈ 'ਚ ਵੀ ਲੱਗ ਜਾਣੀਆਂ ਥੱਲੇ ਨੀਆਂ 'ਚ ਇੱਟਾਂ ਲੱਗ ਜਾਣੀਆਂ ਤਾਂ ਵੀ ਸਹੀ ਨੇ ਕੋਈ ਚੱਕਰ ਨਹੀਂਗਾ ਬਾਕੀ ਸੜਕਾਂ ਆਪਾਂ ਬਹੁਤ ਪੱਕੀਆਂ ਕਰਨੀਆਂ ਇਸ ਕਰਕੇ ਇੱਟਾਂ ਆਪਣੀਆਂ ਲੱਗ ਹੀ ਜਾਣੀਆਂ ਕੋਈ ਇਸ਼ੂ ਨਹੀਂਗਾ ਜਿਹੜੀ ਬਾਹਲੀ ਵੱਡੀ ਬਾਉਂਡਰੀ ਕਰਨੀ ਹੈ ਜਿੱਦਾਂ ਲੰਮੀ ਬਾਉਂਡਰੀ ਹੁੰਦੀ ਹੈ ਆਪਣੀ ਹਵੇਲੀ ਦੀ ਹੋ ਗਈ ਜਾਂ ਹੋਰ ਕੰਧਾਂ ਕੁੰਧਾਂ ਆਪਣੀਆਂ ਬਾਹਲੀਆਂ ਲੰਮੀਆਂ ਲੰਮੀਆਂ ਜਿਹੜੀਆਂ ਕੰਧਾਂ ਕੱਢਣੀਆਂ ਨੇ ਉਹ ਕੰਧਾਂ ਕੱਢਾਂਗੇ ਆਪਾਂ ਇਹਨਾਂ ਬਲੋਕਾਂ ਨਾਲ ਠੀਕ ਹੈ ਇਹ ਹੋਰ ਵੀ ਛੇਤੀ ਕੰਧਾਂ ਕੱਢ ਦੇਣਗੇ ਵੇਖਣ 'ਚ ਵੀ ਸੋਹਣੇ ਲੱਗਦੇ ਨੇ ਇਸ ਕੰਮ ਆਉਣਗੇ ਬਲੋਕ ਆਪਣੇ ਅਤੇ ਮੌਕੇ 'ਤੇ ਆਹ ਸੀਨ ਹੈ
ਠੀਕ ਹੈ ਅਤੇ ਦੇਖਦੇ ਹਾਂ ਇੱਟਾਂ ਮੈਂ ਬਣਾਉਂਦਾ ਵਾਂ, ਇੱਕ ਦੋ ਡਾਈਆਂ ਭਰਦਾ, ਉਦੋਂ ਬਾਅਦ ਦੇਖਾਂਗੇ ਜੇ ਸਹੀ ਲੱਗਾ ਤਾਂ ਇਹਦੇ ਨਾਲ ਦੀ ਇੱਕ ਦੋ ਡਾਈਆਂ ਹੋਰ ਮੰਗਾ ਲਾਂਗੇ, ਠੀਕ ਹੈ, ਪ੍ਰੋਡਕਸ਼ਨ ਵਧਾਉਣ ਵਾਸਤੇ ਇੱਟਾਂ ਦਾ। ਆਹ ਜਿਹੜੀ ਡਾਈ ਹੈ ਕੱਲ੍ਹ ਦੀ ਆਈ ਹੋਈ ਹੈ, ਅਤੇ ਵੈਸੇ ਕੱਲ੍ਹ ਹੀ ਭਰ ਦੇਣੀ ਸੀ ਡਾਈ ਮੈਂ, ਪਰ ਨਾ ਇਹਨੂੰ ਭਰਨਾ ਇੱਕ ਵਾਰੀ ਕੈਂਸਲ ਕਰਤਾ, ਕਿਉਂਕਿ ਨਾ ਆਪਣੇ ਕੋਲ ਮੌਕੇ 'ਤੇ ਪੀ ਓ ਪੀ ਹੈ ਨਹੀਂ ਗੀ, ਮੇਰੇ ਕੋਲ ਥੋੜ੍ਹੀ ਜਿਹੀ ਰਹਿ ਗਈ, ਆਹ ਦੇਖੋ, ਆਹ ਚੈੱਕ ਕਰੋ। ਅਤੇ ਮੈਂ ਕਿਹਾ ਵੀ ਨਵੇਂ ਗੱਟੇ ਲਿਆਉਂਦੇ ਹਾਂ ਪੀ ਓ ਪੀ ਦੇ, ਨਾਲੇ ਪੇਂਟ ਵਗੈਰਾ ਦਾ ਜਗਾੜ ਕਰਾਂਗੇ, ਉਦੋਂ ਬਾਅਦ ਫਿਰ ਇਹਦੇ ਡਾਈਆਂ ਭਰਨੀਆਂ ਸ਼ੁਰੂ ਕਰਦੇ ਹਾਂ, ਵੀ ਇਹਦੇ ਜਿਹੜੀਆਂ ਇੱਟਾਂ ਬਣਾਉਣੀਆਂ ਉਹ ਪੇਂਟ ਪਾ ਕੇ ਫਿਰ ਹੀ ਬਣਾਵਾਂਗੇ। ਅਤੇ ਚਲੋ ਫਿਰ ਮੁੰਡੇ, ਆਹ ਵਲੋਗ ਮੈਂ ਕਰਦਾ ਇੱਥੇ ਐਂਡ, ਕਿਉਂਕਿ ਆਹ ਵਲੋਗ ਐਂਡ ਕਰਾਂਗਾ ਅਤੇ ਨਵਾਂ ਸ਼ੁਰੂ ਕਰਾਂਗਾ। ਅਤੇ ਆਹ ਵਲੋਗ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰੇ ਵੀਰਾਂ ਦਾ, ਜਿਹੜੇ ਵੀਰ ਚੈਨਲ 'ਤੇ ਨਵੇਂ ਨੇ ਸਬਸਕ੍ਰਾਈਬ ਕਰ ਲਿਓ। ਮਿਲਦੇ ਹਾਂ ਸਵੇਰੇ ਨਵੇਂ ਵਲੋਗ 'ਚ, ਠੀਕ ਹੈ, ਜਿਹੜਾ ਕਿ ਹੁਣ ਮੈਂ ਸ਼ੂਟ ਕਰਾਂਗਾ ਥੋੜ੍ਹੀ ਚਿਰ 'ਚ, ਜਿਮ ਤੋਂ ਆ ਕੇ ਸਟਾਰਟ ਕਰਾਂਗਾ ਹੁਣ ਤੱਕ ਹੀ ਕੀ ਸਟਾਰਟ ਕਰਨਾ। ਅਤੇ ਬਾਕੀ ਸਵਰਾਜ ਨੂੰ ਵੀ ਕਰਦੇ ਹਾਂ ਫਿਕਸ, ਠੀਕ ਹੈ, ਇਹਦਾ ਵੀ ਲਾ ਲੂ ਕੇ ਬੰਪਰ, ਇਹਨੂੰ ਕਰੀਏ ਰੇਡੀ, ਬਾਕੀ ਇੱਧਰ ਜੌਂਡੀਅਰ 'ਤੇ ਉਹਦੇ 'ਤੇ ਕੰਮ ਚੱਲਣ ਹੀ ਦਿਆ ਹੈ, ਠੀਕ ਹੈ। ਮਿਲਦੇ ਹਾਂ ਹਰ ਸਵੇਰੇ, ਓਕੇ, ਬਾਏ, ਟਾਟਾ।